ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਹਿੰਤਪੁਰਾ ਜਿੱਥੋਂ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਹਿੰਤਪੁਰਾ ਪੌਲਾ ਇਹ ਨਾਲੀ ਵਗ ਰਹੀ ਹੈ ਦੋਸਤੋ ਪਿੱਛੋਂ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਲੋਕ ਸਭਾ ਉਪ ਚੇਦਕਸ਼ ਦਾਰਾ ਸਿੰਘ ਦਮਦਮਾ ਲਗਭਗ 7-8 ਦਿਨਾਂ ਤੋਂ ਇੱਥੇ ਮਾਨਵਤਾ ਦੀ ਸੇਵਾ ਨਿਭਾ ਰਹੇ ਆ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੀ ਵਿਚਾਰ ਨੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਦਾਰਾ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਵੀ ਪਿਛਲੇ 5-7 ਦਿਨਾਂ ਤੋਂ ਤੁਸੀਂ ਮੈਨੂੰ ਦੇਖਿਆ ਹੋਣਾ ਵੀ ਇੱਥੇ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਹਾਂ ਤੇ ਕੁਝ ਕਿਸਾਨ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਮਾਇंदे ਵੀ ਲਗਾਤਾਰ ਇੱਥੇ ਆਪਣਾ ਡਿਊਟੀ ਨਿਭਾ ਰਹੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਅਸੀਂ ਲਗਾਤਾਰ ਬੂਟੀ ਕੱਢ ਰਹੇ ਸੀਗੇ ਪ੍ਰਸ਼ਾਸਨ ਨੂੰ ਲਗਾਤਾਰ ਅਸੀਂ 7-8 ਘੰਟੇ ਵੇਟ ਕਰਨ ਤੋਂ ਬਾਅਦ ਜਦੋਂ ਪੋਕਲੈਨ ਤੇ ਜੀਸੀਬੀ ਨਹੀਂ ਪਹੁੰਚੀ ਖੁਦ ਮਜ਼ਦੂਰ ਤੇ ਕਿਸਾਨਾਂ ਨੇ ਚਾਹੇ ਉਹ ਗੁਰਪ੍ਰੀਤ ਗੱਲ ਹੋਵੇ ਪ੍ਰਿੰਸ ਭਿੰਡਰ ਹੋਵੇ ਜਗਤਾਰ ਭੁੱਲਰ ਹੋਵੇ ਚਾਹੇ ਹੋਰ ਵੀ ਮੇਰੇ ਸਾਥੀ ਮਜ਼ਦੂਰ ਸਾਥੀ ਸੀ ਬਹੁਤ ਜ਼ਿਆਦਾ ਜਿਨ੍ਹਾਂ ਦਾ ਹੁਣ ਨਾਂ ਲੈਣਾ ਮੈਨੂੰ ਭੁੱਲ ਗਿਆ ਆ ਮੈਂ ਉਹਨਾਂ ਤੋਂ ਮਾਫੀ ਵੀ ਚਾਹੁੰਨਾ ਤੇ ਉਹ ਆਪ ਹੀ ਉਹਨਾਂ ਨੇ ਜਿੰਨਾ ਚਿਰ ਜਦੋਂ ਪੋਕਲੈਨ ਆਈ ਉਸ ਤੋਂ ਪਹਿਲਾਂ ਹੀ ਦੋ ਗੇਟ ਖਾਲੀ ਕਰਤੇ ਸੀਗੇ ਤੇ ਜੇ ਉਹ ਕੇਲੀ ਨਾ ਕੱਢਦੇ ਤੇ ਅੱਜ ਇਸ ਜਿਹੜਾ ਉਹ ਪਿਛੇ ਕਗਰਨਦੀ ਦੇ ਬੰਨ ਖਤਰਾ ਜਿਹੜਾ ਉਹ ਬਰਕਰਾਰ ਰਹਿਣਾ ਸੀ ਪਰ ਹੁਣ ਤੁਸੀਂ ਦੇਖ ਸਕਦੇ ਆ ਵੀ ਇੱਥੇ ਕੇਲੀ ਆ ਜਿਹੜੀ ਉਹ ਲਗਾਤਾਰ ਨਿਕਲ ਰਹੀ ਆ ਇਹ ਉਸ ਦਿਨ ਦਾ ਹੀ ਨਤੀਜਾ ਕਿ ਇਹ ਕੇਲੀ ਜਿਹੜੀ ਲਗਾਤਾਰ ਨਿਕਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਇਹਨਾਂ ਦੇ ਤੁਹਾਡੇ ਕੀ ਵਿਚਾਰ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਫੋਨ ਕੀਤਾ ਸੀਗਾ ਤੇ ਤੁਸੀਂ ਵੇਖ ਵੀ ਸਕਦੇ ਆਂ ਵੀ ਜਿਹੜਾ ਪਾਣੀ ਆ ਹੁਣ ਉਹ ਜਿਹੜੇ ਬੰਨ ਆ ਉਹਨਾਂ ਦੇ ਕੰਡਿਆਂ ਨਾਲ ਲੱਗ ਚੁੱਕਿਆ ਆ ਪਾਣੀ ਦਾ ਜਿਹੜਾ ਲਗਾਤਾਰ ਸਤਰਾ ਉਹ ਵੱਧ ਰਿਹਾ ਆ ਇਹ ਇੱਕ ਖਤਰੇ ਦੀ ਘੰਟੀ ਆ ਪਰ ਪ੍ਰਸ਼ਾਸਨ ਜਿਸ ਤਰ੍ਹਾਂ ਹੁਣ ਸਹਿਯੋਗ ਕਿਸਾਨ ਮਜ਼ਦੂਰ ਜਥੇਬੰਦੀਆਂ ਜਦੋਂ ਪ੍ਰਸ਼ਾਸਨ ਦੀ ਧੌਣ ਦੇ ਉੱਤੇ ਗੋਡਾ ਰੱਖਿਆ ਤੇ ਉਦੋਂ ਪ੍ਰਸ਼ਾਸਨ ਹਰਕਤ 'ਚ ਆਇਆ ਪਹਿਲਾਂ ਸਾਡੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਆ ਰਹੀ ਆ ਮੰਗ ਚੱਲਦੀ ਆ ਰਹੀ ਸੀ ਕਿ ਘੱਗਰ ਨਦੀ ਦੀ ਖੁਦਾਈ ਕਰਾਈ ਜਾਵੇ ਪਰ ਹੁਣ ਜਦੋਂ ਪ੍ਰਸ਼ਾਸਨ ਨੇ ਦਿਤੋਂ ਤੇ ਗੋਡਾ ਰੱਖਿਆ ਤੇ ਪ੍ਰਸ਼ਾਸਨ ਨੇ ਪੋਕ ਲਾਈਨ ਵੀ ਮੰਗਾਈ ਆ ਤੇ ਪ੍ਰਸ਼ਾਸਨ ਜਿਹੜਾ ਬੰਨ ਦੇ ਉੱਤੇ ਗੱਟੇ ਵੀ ਭਰਾ ਕੇ ਰੱਖ ਰਿਹਾ ਤੇ ਮਿੱਟੀ ਵੀ ਲਗਾਤਾਰ ਜਿਹੜੀ ਆ ਟਰਾਲੀਆਂ ਨਾਲ ਉਹ ਬੰਨਾਂ ਨੂੰ ਬੰਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਾਣੀ ਦਾ ਜਿਹੜਾ ਸਤਰ ਉਹ ਲਗਾਤਾਰ ਵਧਦਾ ਜਾ ਰਿਹਾ ਆ ਜਿਸ ਤਰ੍ਹਾਂ ਪਾਣੀ ਦਾ ਸਤਰ 2010 ਦੇ ਵਿੱਚ ਸੀਗਾ ਉਸ ਨਾਲੋਂ ਥੋੜਾ ਹੀ ਘਟਾ 2010 ਦੇ ਵਿੱਚ ਜਿਸ ਤਰ੍ਹਾਂ ਅਸੀਂ ਨਾ ਘਰ ਨਾਲ ਦੀ ਟੁੱਟੀ ਸੀਗੀ ਤੇ ਤੁਸੀਂ ਦੇਖਿਆ ਹੋਣਾ ਵੀ ਆ ਜਿਹੜਾ ਬੰਨ ਦੇ ਨਾਲ-ਨਾਲ ਇਲਾਕਾ ਆ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਤੇ ਮਜ਼ਦੂਰ ਜਿਹੜੇ ਘਰੋਂ ਬੇਕਾਰ ਹੋ ਗਏ ਸੀਗੇ ਜਿਆਦਾ ਜਿਹੜਾ ਇਲਾਕਾ ਮਾਰਚ ਆਇਆ ਸੀਗਾ ਉਹ ਬਣੀ ਸਹਿਨਪਾਲ ਨਥੋਰ ਤੇ ਬਚੇਰ ਇਹ ਜਿਹੜੇ ਇਲਾਕੇ ਆ ਜਿਹੜੇ 50 ਫੁੱਟ ਇਸ ਇਸ ਧਰਤੀ ਨਾਲੋਂ 50 ਫੁੱਟ ਬਣੀ ਜਿਹੜੀ ਡੂੰਗੀ ਆ ਇਹ ਜਿਆਦੀ ਮਾਰਚ ਆਈ ਸੀਗੀ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਆਂ ਵੀ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਦਾ ਸતર ਆ ਜਿਸ ਤਰ੍ਹਾਂ ਅਨੁਮਾਨ ਲਗਾਏ ਜਾਂਦੇ ਆ ਵੀ ਬਰਸ਼ਾ ਬਰਸ਼ਾ ਬਰਸਾਤ ਆ ਜਿਹੜੀ ਉਹ ਵਧਣੀ ਆ ਤੇ ਪਾਣੀ ਦਾ ਸਤਰ ਆਟੋਮੈਟਿਕ ਹੀ ਵਧਣਾ ਆ ਤੇ ਆਪਾਂ ਨੂੰ ਦਿਨ ਰਾਤ ਟਿਕਰੀ ਪੈਰਾ ਲਾਉਣ ਦੀ ਲੋੜ ਆ ਤੇ ਆਪਾਂ ਨੂੰ ਜਿਹੜਾ ਸਤਰਕ ਹੋਣ ਦੀ ਲੋੜ ਆ ਜੇ ਆਪਾਂ ਸਤਰਕ ਹੋਵਾਂਗੇ ਤੇ ਪ੍ਰਸ਼ਾਸਨ ਨੂੰ ਵੀ ਆਪਾਂ ਨਾਲ ਧੌਣ ਤੇ ਗੋਡਾ ਰੱਖ ਕੇ ਸਤਰਕ ਕਰ ਲਾਂਗੇ ਪ੍ਰਸ਼ਾਸਨ ਵੀ ਆਪਾਂ ਨੂੰ ਪੂਰ ਸਹਿਯੋਗ ਦੇਊਗਾ ਜੇ ਆਪਾਂ ਖੁਦ ਇੱਥੇ ਅਫਸਰ ਕਹਤਾ